ਤੁਸੀਂ ਦੇਖ ਰਹੇ ਹੋ ਨਵਰੰਗ ਟੀਵੀ। ਫਗਵਾੜਾ ਸ਼ਹਿਰ ਦਿਨ ਬਾ ਦਿਨ ਕ੍ਰਾਈਮ ਸਿਟੀ ਬਣਦਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਆਏ ਦਿਨ ਹੀ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਇਜਾਫਾ ਹੋ ਰਿਹਾ ਹੈ, ਜਿਸ ਨਾਲ ਫਗਵਾੜਾ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ। ਅਜਿਹੀ ਇੱਕ ਹੋਰ ਵਾਰਦਾਤ ਸਾਹਮਣੇ ਆਈ ਫਗਵਾੜਾ ਵਿਖੇ, ਜਿੱਥੇ ਚਿੱਟੇ ਦਿਨ ਹੀ ਬਰਨਾ ਕਾਰ ਸਵਾਰ ਦੋ ਲੁਟੇਰਿਆਂ ਨੇ ਇੱਕ ਨੌਜਵਾਨ ਪਾਸੋਂ 60,000 ਰੁਪਏ ਦੀ ਨਕਦੀ ਖੋਹ ਲਈ ਅਤੇ ਬੜੇ ਹੀ ਆਰਾਮ ਨਾਲ ਫਰਾਰ ਹੋ ਗਏ। ਇਸ ਮੌਕੇ ਪੀੜਤ ਨੌਜਵਾਨ ਪ੍ਰਭਜੋਤ ਵਾਸੀ ਹਰਦਾਸਪੁਰ ਨੇ ਦੱਸਿਆ ਕਿ ਉਹ ਬੱਸ ਸਟੈਂਡ ਨਜ਼ਦੀਕ ਪੰਜਾਬ ਨੈਸ਼ਨਲ ਬੈਂਕ ਵਿੱਚੋਂ 60,000 ਰੁਪਏ ਜਦੋਂ ਕਢਵਾ ਕੇ ਬਾਹਰ ਨਿਕਲਿਆ ਤਾਂ ਉਸਦੇ ਨਾਲ ਹੀ ਬੈਂਕ ਵਿੱਚੋਂ ਦੋ ਵਿਅਕਤੀ ਬਾਹਰ ਆਏ ਅਤੇ ਉਸਨੂੰ ਕਹਿਣ ਲੱਗੇ ਕਿ ਉਹਨਾਂ ਦੀ ਕਾਰ ਸਟਾਰਟ ਨਹੀਂ ਹੋ ਰਹੀ, ਜਿਸ ਲਈ ਕਾਰ ਨੂੰ ਧੱਕਾ ਲਗਵਾ ਦਿਓ। ਉਸਨੇ ਕਿਹਾ ਕਿ ਜਦੋਂ ਉਹ ਕਾਰ ਨੂੰ ਧੱਕਾ ਮਾਰਨ ਲੱਗਾ ਤਾਂ ਉਹਨਾਂ ਲੁਟੇਰਿਆਂ ਨੇ ਉਸ ਦੀਆਂ ਅੱਖਾਂ ਵਿੱਚ ਸਪਰੇ ਮਾਰ ਦਿੱਤਾ ਅਤੇ ਉਸ ਕੋਲੋਂ 60,000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਪ੍ਰਭਜੋਤ ਦੇ ਦੱਸਣ ਮੁਤਾਬਕ ਉਕਤ ਵਿਅਕਤੀਆਂ ਕੋਲ ਪਿਸਤੌਲ ਵੀ ਸੀ, ਜਿਸ ਬਾਬਤ ਉਹਨਾਂ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਮੈਂ ਭਾਜੀ ਬੈਂਕ 'ਚੋਂ ਪੈਸੇ ਲੈਣ ਗਿਆ ਸੀਗਾ, 60,000 ਰੁਪਇਆ ਬੈਂਕ ਤੋਂ ਕਢਾਇਆ ਸੀਗਾ। ਬੈਂਕ ਦੇ ਅੰਦਰ ਹੀ ਕੁਛ ਬੰਦੇ ਮੌਜੂਦ ਸੀਗੇ, ਦੋ ਜਣੇ। ਉਹ ਦੋ ਜਣੇ ਮੇਰੇ ਬੈਂਕ ਤੋਂ ਪਿੱਛੇ ਹੀ ਕਰਦੇ ਆ ਗਏ, ਮੈਨੂੰ ਕਹਿੰਦੇ ਵੀ ਗੱਡੀ ਨੂੰ ਧੱਕਾ ਲਵਾਉਣਾ ਹੈ, ਬਰਨਾ ਗੱਡੀ ਸੀ ਉਹਨਾਂ ਕੋਲ ਵਾਈਟ ਕਲਰ ਦੀ, ਅਤੇ ਉਹ ਜਦੋਂ ਮੈਂ ਉਹਨਾਂ ਨੂੰ ਧੱਕਾ ਲਵਾਉਣ ਲਈ ਗਿਆ, ਉਹ 'ਤੇ ਲਿਆ ਕੇ ਮੈਨੂੰ ਗੱਡੀ ਦੇ ਕੋਲ ਲਿਆ ਕੇ ਮੇਰਾ ਰਿਵਾਲਵਰ ਰੱਖਤਾ ਅਤੇ ਅੱਖਾਂ ਵਿੱਚ ਉਹ ਸਪਰੇਅ ਪਾ ਗਏ, ਮੇਰੇ ਤੋਂ ਬਹਿ ਖੋ ਕੇ ਲੱਗ ਗਏ 60,000 ਰੁਪਏ। ਉੱਧਰ ਇਸ ਵਾਰਦਾਤ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਮੁਤਾਬਕ ਦੋਸ਼ੀ ਜਲਦ ਹੀ ਪੁਲਿਸ ਗ੍ਰਿਫਤ ਵਿੱਚ ਹੋਣਗੇ। ਇੱਕ ਪ੍ਰਭਜੋਤ ਨਾਂ ਦਾ ਲੜਕਾ ਜਿਹੜਾ, ਜਿਹਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਦਾ PMO ਫੈਕਟਰ ਗਿਆ ਸੀ, ਉੱਥੇ ਇਹਨੇ ਆਪਣਾ ਚੈੱਕ ਭਰਨਾ ਸੀਗਾ। ਚੈੱਕ ਭਰਦਿਆਂ ਭਰਦਿਆਂ ਉੱਥੇ ਇੱਕ ਹੋਰ ਵੀ ਦੋ ਜਣੇ ਆਏ, ਉਹਨਾਂ ਨੇ ਇਹਦੇ ਨਾਲ ਚੈੱਕ ਭਰਾਇਆ ਅਤੇ ਉੱਥੇ ਬੈਠੇ ਕਰੀਬ ਅੱਧਾ ਪੌਣਾ ਘੰਟਾ ਇਹ ਉੱਥੇ ਦੋਨੋਂ ਰਹੇ ਪਾਰਟੀਆਂ। ਫਿਰ ਉਹਨਾਂ ਨੇ ਇਹਨਾਂ ਨੂੰ ਕਿਹਾ ਜਿਹੜੇ ਵੀ ਸਾਡੀ ਗੱਡੀ ਉੱਥੇ ਪਾਰ ਪੁਲ ਦੇ ਨੇੜੇ ਖੜੀ ਹੈ ਅਤੇ ਗੱਡੀ ਨੂੰ ਧੱਕਾ ਲਵਾ ਦਿਓ, ਮੇਰੀ ਗੱਡੀ ਸਟਾਰਟ ਨਹੀਂ ਹੋਣੀ। ਇਹ ਧੱਕਾ ਲਾਉਣ ਉੱਥੇ ਨਾਲ ਚਲੇ ਗਿਆ, ਉੱਥੋਂ ਇਹਦੇ ਦੱਸਣ ਮੁਤਾਬਕ 60,000 ਰੁਪਇਆ ਲੈ ਗਏ ਆ। ਬਾਕੀ ਜੋ ਕਹਿੰਦਾ ਹੋਵੇ ਅਸੀਂ ਇਨਵੈਸਟੀਗੇਸ਼ਨ ਹੁਣੇ ਕਰ ਰਹੇ ਹਾਂ। ਉਹਨੇ ਇਸ ਗੱਲ ਨੂੰ ਕਨਫਰਮ ਨਹੀਂ ਹੈ, ਦੱਸਿਆ ਜ਼ਰੂਰ ਹੈ ਵੀ ਰੁਮਾਲ ਵਰਗਾ ਸੀਗਾ, ਬੰਦਾ ਐਕਚੁਅਲੀ ਡਰ ਗਿਆ ਜਦੋਂ ਦੂਸਰੇ ਗੈਰ ਬੰਦੇ ਸੀਗੇ ਉੱਥੇ, ਪਤਾ ਹੋ ਗਿਆ ਤਾਂ ਕੀ ਹੋਇਆ। ਬਾਕੀ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਅਤੇ ਉਹਨੂੰ ਟਰੇਸ ਜ਼ਰੂਰ ਕਰਾਂਗੇ। ਚੱਲਦੇ ਕੰਮ 'ਚ ਵਾਰਦਾਤਾਂ ਹੋ ਜਾਂਦੀਆਂ, ਉਹਨੂੰ ਟਰੇਸ ਕਰਨਾ ਪੁਲਿਸ ਦਾ ਡਿਊਟੀ ਆ। ਪਿਛਲੀਆਂ ਵਾਰਦਾਤਾਂ ਟਰੇਸ ਹੋ ਗਈਆਂ, ਜਿਹੜੀਆਂ ਦੋ ਚਾਰ ਰਹਿ ਗਈਆਂ, ਦੋ ਤਿੰਨ, ਉਹਨਾਂ ਵਾਸਤੇ ਸਾਡੀ ਬਹੁਤ ਡੀਪਲੀ ਇਨਵੈਸਟੀਗੇਸ਼ਨ ਹੋ ਚੁੱਕੀ ਹੈ, ਉਹ ਜਲਦੀ ਉਹਨਾਂ ਦੋਸ਼ੀਆਂ ਨੂੰ ਅਰੈਸਟ ਕਰ ਲਾਂਗੇ। ਫਗਵਾੜਾ ਪੁਲਿਸ ਅਜੇ ਸਵਿਫਟ ਕਾਰ ਸਵਾਰ ਮਹਿਲਾਵਾਂ ਤੱਕ ਪਹੁੰਚ ਵੀ ਨਹੀਂ ਸਕੀ ਕਿ ਹੁਣ ਬਰਨਾ ਕਾਰ ਵੀ ਪੁਲਿਸ ਲਈ ਖਾਸਾ ਹੀ ਸਿਰਦਰਦ ਬਣ ਗਈ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਫਗਵਾੜਾ ਪੁਲਿਸ ਇਸ ਵਾਰਦਾਤ ਨੂੰ ਕਿੰਨੇ ਕੁ ਸਮੇਂ ਵਿੱਚ ਟਰੇਸ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਗਵਾੜਾ ਤੋਂ ਨਵਰੰਗ ਚੈਨਲ ਲਈ ਰਮਨ ਚਾਂਦਲਾ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਤਰੀਨ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।